ਮੈਨੂੰ ਮੇਰੀ ਜਾਨ ਨੂੰ ਖਤਰਾ ਹੈ ਤੋ ਮੇਰੀ ਜਾਨ ਨੂੰ ਖਤਰਾ ਹੈ, ਪਤਾ ਨਹੀਂ ਗੋਲਡੀ ਬਰਾਡ ਤੋਂ ਮੈਨੂੰ ਬਰਬਾਦ ਮੈਂ ਮੈਨੂੰ ਕੋਈ ਪਤਾ ਨਹੀਂ ਹੈਗਾ। ਹੁਣ ਦਿਖਾ ਰਹੇ ਹਾਂ ਕਿ ਜੋ ਐਂਬੂਲੈਂਸ ਦੇ ਵਿੱਚ ਜਿਸ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਉਹ ਖੇੜੀ ਵਾਲੇ ਬਾਬੇ ਦਾ ਸਾਲਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ ਅਤੇ ਉਹਨਾਂ ਤੋਂ ਮਾਮਲਾ ਜਾਣਦੇ ਹਾਂ ਵੀ ਕੀ ਹੈ ਪੂਰਾ ਮਾਮਲਾ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਕੀ ਗੱਲਬਾਤ ਹੋਈ ਹੈ ਜੀ? ਗੱਡੀ ਲੈ ਕੇ ਸਿੱਧਾ ਖੇੜੀ ਵਾਲੇ ਬਾਬੇ ਨੂੰ। ਮਾਤਾ ਤੂੰ ਦੱਸੀ ਯਾਰ, ਮਾਤਾ ਦੱਸੀ ਸਾਡੀ ਕੁੜੀ ਵਿਆਹੀ ਹੋਈ ਹੈ ਜੀ, ਸਾਡਾ ਪੁਰਾਣਾ ਪ੍ਰਾਹੁਣਾ ਹੈ ਜੀ। ਗੋਲੀ ਅਸੀਂ ਉਦੋਂ ਵੀ ਦੋ ਪਹਿਲਾਂ ਦੋ ਵਾਰ ਕੁੜੀ ਘਰੇ ਰੱਖ ਲਈ ਸੀਗੀ, ਆ ਗਈ ਸੀਗੀ ਉੱਥੋਂ। ਫਿਰ ਇਹ 1 ਵਜੇ 1:30 ਵਜੇ ਰਾਤ ਨੂੰ ਮਹੀਨਾ ਪਹਿਲਾਂ ਸਾਡੇ ਦਰਵਾਜ਼ੇ ਭੰਨ ਗਿਆ ਜੀ ਉਰਤ, ਪਹਿਲਾਂ ਵੀ ਇਹ ਗੋਲੀ ਮਾਰਨ ਲੱਗਿਆ ਸੀਗਾ, ਚਲੋ ਅਸੀਂ ਸਾਈਡ 'ਤੇ ਹੋ ਗਏ। ਇਸ ਵਾਰੀ ਅੱਜ ਇਹ ਦਿਨ 'ਚ ਆ ਕੇ, ਮੈਂ ਦੁਕਾਨ 'ਤੇ ਸੀਗਾ, ਇਹ ਮਾਤਾ ਘਰੇ ਇਕੱਲੇ ਸੀਗੇ, ਇਹਨੇ ਗੋਲੀਆਂ ਮਾਰੀਆਂ ਜੀ ਘਰੇ ਆ ਕੇ। ਮਾਤਾ ਦੀ ਹਾਂ, ਕਹਿੰਦਾ ਤੁਹਾਨੂੰ ਛੱਡਦਾ, ਕਹਿੰਦਾ ਤੁਹਾਨੂੰ ਛੱਡਦਾ ਨਹੀਂ ਹੈਗਾ, ਮਾਰੂੰਗਾ ਸਰ। ਮਾਤਾ ਦੇ ਗੋਲੀਆਂ ਮਾਰੀਆਂ ਇਹਨੇ, ਇਹਨਾਂ ਨੂੰ ਜਦ ਮੈਂ ਆਇਆ ਸਾਹਮਣੇ ਗੋਲੀਆਂ ਚੱਲ ਰਹੀਆਂ ਸੀਗੀਆਂ, ਇਹਨੇ ਮੇਰੇ ਵੀ ਗੋਲੀਆਂ ਮਾਰੀਆਂ। ਹਾਂ, ਮੇਰੇ ਵੀ ਸੱਟਾਂ ਲੱਗੀਆਂ, ਮਾਤਾ ਦੇ ਪੱਟ 'ਚ ਗੋਲੀ ਲੱਗੀ ਹੈ, ਆਰ ਪਾਰ ਹੋ ਗਈ। ਹੁਣ ਰੈਫਰ ਕਰ ਰਹੇ ਨੇ? ਹਾਂ, ਹੁਣ 32 'ਚ ਰੈਫਰ ਕੀਤਾ ਜੀ, ਹਾਲੇ ਵੀ ਇਹ ਕਹਿ ਰਹੇ ਆ, ਕਹਿੰਦਾ ਮਾਰੂੰਗਾ ਤੁਹਾਨੂੰ। ਇਹ ਜਿਹੜੇ ਉਹਨਾਂ ਦੇ ਸੱਸ ਨੇ ਬੀਬੀ ਗੁਰਜੀਤ ਕੌਰ ਨੇ, ਉਹ ਕਿਸਾਨ ਆਗੂ ਵੀ ਨੇ, ਉਹ ਹਜੇ ਗੱਲ ਕਰਨ ਦੇ ਵਿੱਚ ਨਹੀਂ ਹੈਗੇ ਹਾਲਾਤ, ਉਹਨਾਂ ਦੇ ਗੱਲ ਕਰਨ ਦੇ ਨਹੀਂ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵੱਲੋਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ 32 ਦੇ ਵਿੱਚ, ਅਤੇ ਜਲਦ ਅਸੀਂ ਬਾਬਾ ਖੇੜੀ ਵਾਲੇ ਬਾਬੇ ਦੇ ਨਾਲ ਵੀ ਗੱਲਬਾਤ ਕਰਾਂਗੇ। ਗੱਲਬਾਤ ਹੋਈ ਹੈ ਜੀ? ਮੇਰੀ ਕੁੜੀ ਵਿਆਹੀ ਸੀ ਜੀ ਖੇੜੀ ਵਾਲੇ ਨੂੰ, ਨਵੰਬਰ 'ਚ ਵਿਆਹ ਹੋਇਆ ਸੀ, 3 ਵਾਰ ਇੱਕ ਲੜਾਈ, ਕਦੇ ਇਹ ਪੈਸੇ ਮੰਗਦੇ ਨੇ ਮੇਰੇ ਤੋਂ, ਕਦੇ ਆਪ ਮੰਗਦਾ, ਕਦੇ ਤਾਂ ਭਾਈ ਮੰਗਦਾ ਹੈ। 3 ਵਾਰ 4 ਵਾਰ ਕੁੜੀਆਂ ਨੇ ਮੇਰੀ ਕੁੱਟੀ, ਮੈਂ ਲੈ ਕੇ ਆ ਗਈ, ਅੱਜ 3 ਮਹੀਨੇ ਹੋ ਗਏ। 4 ਕੁੜੀ ਨੂੰ ਆਈ ਨੂੰ 29 ਕੀ ਸੀ ਮਈ ਦੀ ਕੁੜੀ ਆਈ ਹੋਈ ਹੈ ਮੇਰੀ। ਇੱਕ ਦਿਨ ਪਹਿਲਾਂ ਇਹਨੇ ਰਾਤ ਨੂੰ ਮੇਰੇ ਘਰ 'ਤੇ ਹਮਲਾ ਕੀਤਾ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਇਹਨੇ ਦੋ ਰਿਵਾਲਵਰਾਂ ਸੀ ਨਾ, ਦੋ ਭਾਈਆਂ ਕੋਲ ਸਿੱਧੀਆਂ ਗੋਲੀਆਂ ਚਲਾਈਆਂ ਨੇ ਇਹਨਾਂ ਨੇ। ਤੁਸੀਂ ਪੁਲਿਸ ਕੋਲ ਸ਼ਿਕਾਇਤ ਕਰਵਾਈ ਹੈ ਪਹਿਲਾਂ? ਮੈਂ 112 'ਤੇ ਉਹ ਤੋਂ ਪਹਿਲਾਂ ਹੀ ਦਰਖਾਸਤ ਦਿੱਤੀ ਸੀ। ਦੇਖੋ ਤੁਸੀਂ ਜਿਹੜਾ ਥਾਣੇਦਾਰ ਆ ਉਹ ਇਹ ਗੱਲ ਕਹਿ ਰਿਹਾ, ਬੀਬੀ ਮੈਂ ਨਾਭੇ 'ਚ ਆਇਆ, ਮੈਂ ਆ ਕੇ ਤੁਹਾਡੇ ਬਿਆਨ ਲਿਖ ਕੇ ਲੈ ਕੇ ਜਾਂਦਾ। ਕੌਣ ਸੀ ਥਾਣੇਦਾਰ? ਉਹਦਾ ਨੰਬਰ ਹੈ ਜੀ, ਕਹਿੰਦਾ ਸ਼ਾਇਦ ਜਤਿੰਦਰ, ਪਤਾ ਨਹੀਂ ਉਹੋ ਜਿਹਾ ਕੁਛ ਨਾਂ ਆ ਰਿਹਾ ਉਹਦਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਹੁਣ ਆਉਣ ਦਾ ਕੀ ਫਾਇਦਾ, ਹੁਣ ਤਾਂ ਮੈਂ ਹਸਪਤਾਲ 'ਚ ਪਈ ਹਾਂ, ਮੇਰੇ ਗੋਲੀ ਵੱਜ ਗਈ। ਇਹ ਪੰਜਾਬ ਦੀ ਪੁਲਿਸ ਕਦੇ ਮੌਕੇ 'ਤੇ ਨਹੀਂ ਪਹੁੰਚਦੀ, ਮੈਨੂੰ ਨਾ ਪਹਿਲਾਂ ਇਨਸਾਫ ਦਿੱਤਾ ਨਾ ਹੁਣ ਦੇ ਰਹੇ ਨੇ। ਇਹ ਬੰਦਾ ਇੰਨਾ ਚਾਮ ਲਿਆ ਹੋਇਆ, ਮੈਨੂੰ ਗੋਲਡੀ ਬਰਾੜ ਦੀਆਂ ਧਮਕੀਆਂ ਦਿੰਦਾ, ਗੈਂਗਸਟਰ ਗੋਲਡੀ ਬਰਾੜ ਦੀਆਂ, ਕਹਿੰਦਾ ਮੇਰੇ ਉਹਦੇ ਨਾਲ ਸੰਬੰਧ ਨੇ, ਜਿਹੜਾ ਮੇਰੇ ਉੱਪਰ ਕਿਰਾਏਦਾਰ ਆ ਮੁੰਡਾ, ਜਿਹਨਾਂ ਮੇਰਾ ਘਰ ਕਿਰਾਏ 'ਤੇ ਲਿਆ ਵਾ, ਇਹਨੇ ਉਹਦੇ ਵੀ ਸੱਟਾਂ ਮਾਰੀਆਂ ਨੇ, ਉਹ ਮੇਰੀ ਮਦਦ ਲਈ ਆਇਆ। ਇੱਕ ਇਹਦੇ ਨਾਲ ਹੋਰ ਸੀ, ਕਹਿੰਦਾ ਇਹ ਬ੍ਰਹਮੇ ਦੇ ਨਾਲ ਰਿਹਾ ਵਾ, ਕਹਿੰਦਾ ਬੰਦਾ ਖਾੜਕੂ ਆ, ਕਹਿੰਦਾ ਹੈ, ਕਹਿੰਦਾ ਜਿਹੜਾ ਤੈਨੂੰ ਸਮਝਾਉਣ ਆਇਆ ਪਾਗਲ ਜਨਾਨੀ ਨੂੰ, ਇਹ ਦੱਸਦਾ ਸੀ। ਫਿਰ ਮੈਂ ਉਹਨੂੰ ਕਿਹਾ, ਮੈਂ ਉਹਦੇ ਮੂਹਰੇ ਹੱਥ ਜੋੜਤੇ, ਆਪਣੀ ਚੁੰਨੀ ਰੱਖ 'ਤੇ, ਵੀਰੇ ਤੂੰ ਖਾੜਕੂ ਆ, ਜੇ ਖਾੜਕੂ ਲੋਕਾਂ ਦੀਆਂ ਧੀਆਂ ਵਸਾਉਂਦੇ ਸੀਗੇ, ਤੂੰ ਮੇਰਾ ਘਰ ਉਜਾੜ ਲੈ, ਮੇਰੀ ਧੀ ਨੂੰ ਮਾਰ ਦੂ ਇਹ ਪਾਗਲ ਬੰਦਾ, ਮੈਨੂੰ ਪਤਾ ਨਹੀਂ ਲੱਗਿਆ, ਮੈਨੂੰ ਨਹੀਂ ਪਤਾ ਸੀ ਵੀ ਇੰਨੇ ਨਸ਼ੇ ਕਰਦਾ, ਮੇਰੀ ਧੀ ਲੁੱਟੀ ਗਈ, ਮੈਂ ਲੁੱਟੀ ਗਈ, ਮੇਰੇ ਗੋਲੀ ਮਾਰੀ ਇਹਨੇ, ਐਡੀਆਂ ਗੋਲੀਆਂ, ਦੋ ਜਣੇ ਨੇ ਗੋਲੀਆਂ ਮਾਰੀਆਂ, ਇੱਕ ਮੇਰੇ ਪਲਟ ਦੇ ਵਿੱਚ ਲੱਗ ਗਈ, ਮੈਂ ਭੱਜ ਗਿਆ ਆਪਣੀ ਜਾਨ ਬਚਾਈ। ਜਦ ਮੇਰੇ ਮੁੰਡੇ ਆ ਕੇ ਮੇਰੇ 'ਤੇ ਇੱਟਾਂ ਉੱਟਾਂ ਮਾਰਨ ਲੱਗੇ, ਹੋਰ ਆਏ ਮੇਰੇ ਮੁੰਡੇ, ਉਹ ਇੱਟਾਂ ਮਾਰਨ ਲੱਗੇ ਤਾਂ ਗੱਡੀ ਭਜਾਈ ਹੈ ਇਹਨਾਂ ਨੇ, ਆ ਕੇ ਸੱਟਾਂ ਮਾਰ ਕੇ ਆਪ ਪੈ ਕੇ ਫਿਰ ਮੇਰੇ ਮੁੰਡੇ ਨਾਲ ਫਿਰ ਹਸਪਤਾਲ ਦੇ ਵਿੱਚ ਹੱਥਾਂ ਪਾਈ ਹੋਏ ਨੇ। ਮੈਨੂੰ ਮੇਰੀ ਜਾਨ ਨੂੰ ਖਤਰਾ ਹੈ ਤੋ ਮੇਰੀ ਜਾਨ ਨੂੰ ਖਤਰਾ ਹੈ, ਪਤਾ ਨਹੀਂ ਗੋਲਡੀ ਬਰਾੜ ਤੋਂ ਮੈਨੂੰ ਬਰਬਾਦ ਮੈਂ ਮੈਨੂੰ ਕੋਈ ਪਤਾ ਨਹੀਂ ਹੈਗਾ। ਮੈਂ ਕਹਿੰਦਾ ਮੇਰੀ ਗੋਲਡੀ ਬਰਾਡ ਨਾਲ ਵੀਡੀਓ ਕਾਲ ਹੁੰਦੀ ਹੈ, ਮੈਂ ਪੁਲਿਸ ਨੂੰ ਸਾਰਾ ਕੁਝ ਦੱਸਿਆ, ਮੈਂ ਕੋਈ ਮੇਰੀ ਸੁਣਵਾਈ ਨਹੀਂ ਕਰਦਾ ਹੈਗਾ, ਹੋਰ ਉੱਥੇ ਬੈਠੇ ਮੂਸੇ ਵਾਲਾ ਬਰਬਾਦ ਆ, ਮੈਂ ਬਰਬਾਉਣੀ ਕੀ ਆ, ਕੀ ਆ,
ਮੇਰੀ ਹੱਥ ਜੋੜ ਕੇ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ, ਮੈਨੂੰ ਤੇ ਮੇਰੀ ਧੀ ਨੂੰ ਬਚਾ ਲਓ, ਇਹ ਤਾਂ ਬਚਾ ਲਓ ਸਾਨੂੰ ਦੋਨੂੰ।